12 ਰਬੀਉਲ ਅਵਲ ਵਾਲੇ ਦਿਨ ਔਰ 12 ਰਬੀਉਲ ਅਵਲ ਦੀ ਰਾਤ ਜਿਸ ਦਿਨ ਜਲੂਸ ਹੁੰਦਾ ਤਾਂ ਫਿਰ ਅਗਲੀ ਰਾਤ ਹੁੰਦੀ ਹੈ। ਮੈਂ ਤਾਂ ਵੇਖ ਕੇ ਕਸਮ ਖੁਦਾ ਦੀ ਬੜਾ ਸ਼ਰਮਿੰਦਾ ਹੁੰਦਾ, ਮਾਹੌਲ ਜਦੋਂ ਵੇਖਣਾ ਇਸ ਮਿੰਬਰ ਤੋਂ ਹੀ ਆਵਾਜ਼ ਉਠਾਈ ਜਾਣੀ ਹੈ ਲੋਕਾਂ ਵਾਸਤੇ ਕਿ 12 ਰਬੀਉਲ ਅਵਲ ਨੂੰ ਸਾਡੀਆਂ ਮਾਵਾਂ ਭੈਣਾਂ ਧੀਆਂ ਸੱਜ ਸੰਵਰ ਕੇ ਫੈਸ਼ਨ ਕਰਕੇ ਮੇਕਅਪ ਕਰਕੇ ਨਵੇਂ ਕੱਪੜੇ ਪਾ ਕੇ ਬਰਹਨਾ ਹੋ ਕੇ ਦੁਪੱਟੇ ਸਿਰ ਤੋਂ ਲਾ ਕੇ ਆਪਣਿਆਂ ਹਾਮਦਾਂ ਦੇ ਨਾਲ ਆਪਣਿਆਂ ਭਰਾਵਾਂ ਦੇ ਨਾਲ ਆਪਣਿਆਂ ਬੇਟਿਆਂ ਦੇ ਨਾਲ ਬਾਜ਼ਾਰਾਂ 'ਚ ਨਿਕਲ ਆਈਆਂ। ਕਿਉਂ ਜੀ? ਅਸੀਂ ਸਜਾਵਟ ਵੇਖਣ ਜਾ ਰਹੀਆਂ ਵਾਂ। ਅਸੀਂ ਕੀ ਕਰਨ ਜਾ ਰਹੀਆਂ? ਸਜਾਵਟ ਵੇਖਣ। ਇਸਲਾਮ ਦੀਨ ਕੀ ਆਉਂਦਾ? ਕਿਸੇ ਮੁਫਤੀ ਨੂੰ ਪੁੱਛ। ਇਸਲਾਮ ਆਉਂਦਾ ਔਰਤ ਬਾਹਰ ਨਿਕਲ ਸਕਦੀ, ਔਰਤ ਬਾਹਰ ਜਾ ਸਕਦੀ ਨਹੀਂ। ਔਰਤ ਇਕੱਲਿਆਂ ਬਾਹਰ ਨਹੀਂ ਜਾ ਸਕਦੀ, ਔਰਤ ਬੇਪਰਦਗੀ ਨਾਲ ਬਾਹਰ ਨਹੀਂ ਜਾ ਸਕਦੀ। ਉਹ ਕਿਹੜਾ ਤੁਸੀਂ ਮਿਲਾਦ ਪੇ ਮਨਾਉਂਦੇ ਹੋ, ਕਿਹੜੀ ਤੁਸੀਂ ਖੁਸ਼ੀ ਪੇ ਮਨਾਉਂਦੇ ਹੋ, ਆਪਣੀਆਂ ਧੀਆਂ ਲੈ ਕੇ ਬਾਹਰ ਆ ਗਏ ਹੋ, ਆਪਣੀਆਂ ਬੇਟੀਆਂ ਲੈ ਕੇ ਬਾਹਰ ਆ ਗਏ, ਆਪਣੀਆਂ ਭੈਣਾਂ ਲੈ ਕੇ, ਆਪਣੀਆਂ ਬੀਵੀਆਂ ਲੈ ਕੇ ਸਿਆਲਕੋਟ ਦੀਆਂ ਸੜਕਾਂ 'ਤੇ ਫਿਰਾਉਂਦੇ ਪਏ ਹੋ? ਅਗਰ ਇਹ ਆਵਾਜ਼ ਨਾ ਉਠਾਈ ਗਈ, ਮਨਾ ਨਾ ਕੀਤਾ ਗਿਆ ਤਾਂ ਸਾਡਿਆਂ ਜਲੂਸਾਂ ਵਿੱਚ ਔਰਤਾਂ ਸ਼ਾਮਿਲ ਹੋ ਜਾਣਗੀਆਂ ਜਿਵੇਂ ਦੂਸਰਿਆਂ ਲੋਕਾਂ ਦੇ ਜਲੂਸਾਂ ਵਿੱਚ ਆਉਂਦੀਆਂ ਨੇ। ਇਸਲਾਮ ਮਨਾ ਕਰਦਾ ਔਰਤ ਬਗੈਰ ਪਰਦੇ ਤੂੰ ਬਾਜ਼ਾਰ ਨਹੀਂ ਆ ਸਕਦੀ, ਔਰਤ ਸਜਾਵਟ ਵੇਖਣ ਨਹੀਂ ਆ ਸਕਦੀ, ਔਰਤ ਪਹਾੜੀਆਂ ਵੇਖਣ ਨਹੀਂ ਆ ਸਕਦੀ, ਔਰਤ ਬੇਹਯਾਈ ਵਾਸਤੇ ਗਲੀਆਂ ਸਜਾਵਟ ਵੇਖਣ ਨਹੀਂ ਆ ਸਕਦੀ। ਇਸਲਾਮ ਮਨਾ ਕਰਦਾ, ਇਸਲਾਮ ਲਾਨਤ ਕਰਦਾ ਸੀ ਔਰਤ, ਜਿਹੜੀ ਔਰਤ ਬੇਪਰਦਗੀ ਕਰਕੇ, ਜਿਹੜੀ ਔਰਤ ਮੇਕਅਪ ਕਰਕੇ, ਜਿਹੜੀ ਔਰਤ ਸਜਾਵਟ ਕਰਕੇ ਔਰ ਆਪਣੀ ਨਮਾਇਸ਼ ਵਾਸਤੇ ਗਲੀਆਂ ਬਾਜ਼ਾਰਾਂ 'ਚ ਫਿਰੇ, ਉਸ ਮਰਦ 'ਤੇ ਵੀ ਇਸਲਾਮ ਲਾਨਤ ਪਾਉਂਦਾ ਹੈ, ਉਸ ਔਰਤ 'ਤੇ ਵੀ ਇਸਲਾਮ ਲਾਨਤ ਪਾਉਂਦਾ ਹੈ ਜਿਹੜਾ ਮਰਦ ਉਸ ਔਰਤ ਨੂੰ ਲੈ ਕੇ ਬਾਜ਼ਾਰ 'ਚ ਆਇਆ, ਜਿਹੜਾ ਵੀਰ ਆਪਣੀ ਭੈਣ ਨੂੰ ਲੈ ਕੇ ਬਾਜ਼ਾਰ 'ਚ ਆਇਆ, ਜਿਹੜਾ ਬੇਟਾ ਆਪਣੀ ਮਾਂ ਨੂੰ ਲੈ ਕੇ ਸਜਾਵਟ ਵਿਖਾਉਣ ਆਇਆ। ਇਸਲਾਮ ਲਾਨਤ ਕਰ ਰਿਹਾ ਐਸੀ ਔਰਤ 'ਤੇ, ਇਸਲਾਮ ਲਾਨਤ ਕਰ ਰਿਹਾ ਐਸੇ ਮਰਦ 'ਤੇ। ਇਸਲਾਮ ਆਉਂਦਾ ਔਰਤ ਦੀ ਆਵਾਜ਼ ਵੀ ਪੜਦਾ, ਇਸਲਾਮ ਆਉਂਦਾ ਔਰਤ ਨਮਾਜ਼ ਪੜ੍ਹੇ ਅਤੇ ਪਿਛਲੇ ਕਮਰੇ 'ਚ ਪੜ੍ਹੇ। ਇਹ ਕਿਹੜਾ ਇਸਲਾਮ ਹੈ? ਇਹ ਕਿਹੜੀ ਰਬੀਉਲ ਅਵਲ ਦੀ ਖੁਸ਼ੀ ਹੈ? ਇਹ ਕਿਹੜੀ ਸਜਾਵਟ ਹੈ ਕਿ ਔਰਤਾਂ ਦੁਪੱਟੇ ਲਾ ਕੇ, ਔਰਤਾਂ ਮੇਕਅਪ ਕਰਕੇ ਬਾਜ਼ਾਰਾਂ 'ਚ ਆ ਜਾਣ, ਔਰਤਾਂ ਗਲੀਆਂ 'ਚ ਆ ਜਾਣ? ਔਰਤਾਂ 'ਚ ਕੀ ਹੈ? ਅਸੀਂ ਖੁਸ਼ੀ ਮਨਾ ਰਹੇ ਹਾਂ, ਕੋਈ ਖੁਸ਼ੀ ਨਹੀਂ। ਤੇਰੇ 'ਤੇ ਅੱਲਾ ਲਾਨਤ ਕਰ ਰਿਹਾ, ਤੇਰੇ 'ਤੇ ਫਰਿਸ਼ਤੇ ਲਾਨਤ ਕਰ ਰਹੇ ਨੇ, ਤੇਰੇ 'ਤੇ ਰਸੂਲੁੱਲਾ ਦੀ ਲਾਨਤ ਹੈ। ਸਮਝੋ, ਮਨਾ ਕਰੋ। ਤੁਸੀਂ ਕਰੋਗੇ ਤਾਂ ਕੋਈ ਕਰੇਗਾ। ਜਿਹੜੀ ਔਰਤ ਕਵੇ ਜੀ ਮੈਂ ਜਾਣਾ ਬਾਹਰ ਜੀ, ਕੀ ਵੇਖਣ ਜੀ ਸਜਾਵਟ ਕੀਤੀ, ਉਹਨੂੰ ਕਹਿ ਘਰ ਬਹਿ, ਤੂੰ ਕੀ ਲੱਗਣੀ ਹੈ ਸਜਾਵਟ ਵੇਖਣ ਦੀ? ਔਰਤ ਪਰਦੇ ਦਾ ਨਾਂ ਹੈ। ਕਿਹਦਾ ਨਾਂ? ਬੋਲੋ। ਔਰਤ ਦਾ ਮਨ ਹੀ ਪੜਦਾ, ਔਰਤ ਦੀ ਆਵਾਜ਼ ਪੜਦਾ, ਔਰਤ ਦਾ ਜਿਸਮ ਪੜਦਾ। ਅਤੇ ਫਿਰ ਉਹ ਕਿਹੜੀ ਔਰਤ ਹੈ ਜੀ? ਮੈਂ ਮਿਲਾਦ ਮਨਾਉਣ ਚੱਲੀ ਹਾਂ ਜੀ, ਮੈਂ ਕੀ ਕਰਨਾ? ਮੈਂ ਸਜਾਵਟ ਵੇਖਣ। ਸਖਤੀ ਨਾਲ ਮਨਾ ਕਰੋ, ਜਿੱਥੋਂ ਤੱਕ ਹੋ ਸਕਦਾ ਉਹਨੂੰ ਕਹਿ ਘਰ ਬਹਿ ਸਕੂਨ ਨਾਲ, ਮੈਂ ਤੈਨੂੰ ਬਾਹਰ ਨਹੀਂ ਜਾਣ ਦੇਣਾ। ਇਸ ਵਾਸਤੇ ਬੇਹਯਾਈ ਦਾ ਪੱਟਾ ਚੱਲ ਗਿਆ ਅਤੇ ਬੜੀ ਦੂਰ ਤੱਕ ਜਾਣਾ, ਇਹ ਨੁਕਸਾਨ ਸਾਡੇ ਮਸਲਕ ਨੂੰ ਹੋਣਾ। ਅਗਲੇ ਦਿਨ ਜਲੂਸ ਨਿਕਲਿਆ ਨਾ, ਉਹ ਕਿਸੇ ਸ਼ਰਾਰਤ ਕੀਤੀ ਕਿ ਉਹਨਾਂ ਨੇ ਨਾ ਜਵਾਨ ਕਿਸੇ ਦੀ ਧੀ ਨੂੰ ਸਜਾ ਕੇ ਨਾ ਫਰਾਕ ਪਾ ਕੇ, ਤਾਂ ਤੁਸੀਂ ਵੀਡੀਓ ਵੇਖੀ ਹੋਣੀ, ਉਹ ਚੱਲ ਜਾ, ਹੁਣ ਇੱਕ ਮਿੰਟ ਲੱਗਦਾ ਪੂਰੀ ਦੁਨੀਆ 'ਤੇ ਵੀਡੀਓ ਪਹੁੰਚ ਜਾਂਦੀ। ਉਹਨਾਂ ਫਰਾਕ ਪਾ ਕੇ ਨਾ ਵਾਲ ਖੁੱਲ੍ਹੇ ਨੇ ਉਹਦੇ, ਉਹਨੂੰ ਬਿਊਟੀ ਪਾਰਲਰ ਤੋਂ ਤਿਆਰ ਕਰਕੇ ਅਤੇ ਜਲੂਸ ਵਾਲੀ ਬੱਗੀ ਦੇ ਉੱਤੇ ਬਿਠਾਇਆ। ਇਸਲਾਮ ਇਹਦੀ ਇਜਾਜ਼ਤ ਦਿੰਦਾ? ਉੱਚੀ ਬੋਲੋ, ਇਸਲਾਮ ਇਹਦੀ ਇਜਾਜ਼ਤ ਦਿੰਦਾ? ਹੁਣ ਜਿਹੜੇ ਮੁਨਕਰੇ ਮਿਲਾਦ ਨੇ ਵੀਡੀਓ ਵੇਖੀ, ਉਹਨੇ ਕਿਹਾ ਵੇਖੋ ਜੀ ਇਹ ਬਰੇਲਵੀਆਂ ਦਾ ਮਿਲਾਦ ਪਿਆ ਹੁੰਦਾ ਜੇ,
ਇਹ ਵੇਖੋ ਜੀ, ਇਹ ਸੁੰਨੀਆਂ ਦਾ ਆਸ਼ਕਾਂ ਦਾ ਮਿਲਾਦ ਹੁੰਦਾ ਪਿਆ ਜੇ ਧੀਆਂ ਭੈਣਾਂ ਬੇਪਰਦਗੀ ਨਾਲ, ਕਿਸੇ ਇਜਾਜ਼ਤ ਨਹੀਂ ਦਿੱਤੀ, ਕਿਸੇ ਮੌਲਵੀ ਇਜਾਜ਼ਤ ਨਹੀਂ ਦਿੱਤੀ, ਕਿਸੇ ਆਲਿਮ ਇਜਾਜ਼ਤ ਨਹੀਂ ਦਿੱਤੀ, ਸ਼ੈਤਾਨੀ ਕਰਨ ਵਾਸਤੇ, ਬਦਨਾਮ ਕਰਨ ਵਾਸਤੇ ਮਸਲਕ ਅਹਲੇ ਸੁਨਤ ਵਾ ਜਮਾਤ ਨੂੰ, ਕਿ ਪਤਾ ਲੱਗੇ ਜੀ ਇਹਨਾਂ ਦੇ ਵੇਖੋ ਕੀ ਪਿਆਉਂਦਾ। ਇਸ ਵਾਸਤੇ ਸਖਤੀ ਨਾਲ ਮਣਾ, ਔਰਤ ਨਹੀਂ ਬਾਹਰ ਆ ਸਕਦੀ, ਔਰਤ ਗਲੀਆਂ ਦੀਆਂ ਸਜਾਵਟਾਂ ਵੇਖਣ ਨਾ ਆਵੇ, ਔਰਤ ਪਹਾੜੀਆਂ ਵੇਖਣ ਨਾ ਆਵੇ, ਘਰ ਵਿੱਚ ਰਹੇ। ਮਨਾ ਕੀਤਾ ਇਸਲਾਮ ਨੇ, ਇਸਲਾਮ ਇਜਾਜ਼ਤ ਨਹੀਂ ਦਿੰਦਾ। ਜਿਸ ਨਬੀ ਦੇ ਮਿਲਾਦ ਦੀ ਖੁਸ਼ੀ ਮਨਾ ਰਿਹਾ, ਹਜ਼ੂਰ ਨੇ ਮਨਾ ਕੀਤਾ ਕਿ ਔਰਤ ਬੇਪਰਦਗੀ ਨਾਲ ਬਾਹਰ ਨਾ ਆਵੇ। ਇਹ ਤੁਸੀਂ ਵੇਖ ਲਓ, ਇਹ ਮੇਰੀ ਗੱਲ ਯਾਦ ਰੱਖਿਓ। ਮੈਂ ਮਸਜਿਦ 'ਚ ਬੈਠਾ, 12 ਰਬੀਉਲ ਅਵਲ ਨੂੰ ਤੁਸੀਂ ਸਿਆਲਕੋਟ ਚੱਕਰ ਲਾਓ, ਜੇ ਔਰਤਾਂ ਬਾਹਰ ਨਾ ਨਿਕਲੀਆਂ ਹੋਈਆਂ ਮੇਰੇ ਗਿਰੇਬਾਨ ਤੋਂ ਫੜ ਲਿਓ। ਉੱਥੇ ਹੀ ਮਰਦ, ਉੱਥੇ ਹੀ ਔਰਤਾਂ, ਮਖਲੂਤ ਔਰ ਬੇਹਯਾਈ ਅਰੂਜ 'ਤੇ, ਬੇਪਰਦਗੀ ਅਰੂਜ 'ਤੇ। ਮੈਂ ਤਾਂ ਸੋਚਣਾ ਵੀ ਉਹ ਬੰਦਾ ਕਿੱਡਾ ਕੁ ਗੈਰਤਮੰਦ ਹੈ ਯਾਰ, ਉਹ ਭਰਾ ਕਿੱਡਾ ਕੁ ਗੈਰਤਮੰਦ, ਜਿਹੜਾ ਆਪਣੀ ਭੈਣ ਨੂੰ ਲੈ ਕੇ, ਆਪਣੀ ਮਾਂ ਨੂੰ ਲੈ ਕੇ, ਆਪਣੇ ਭਰਾ, ਆਪਣੀ ਜਨਾਬੇ ਵਾਲਾ ਬੇਟੀ ਨੂੰ ਲੈ ਕੇ ਅਤੇ ਸਜਾਵਟ ਵਿਖਾਉਣ ਜਾ ਰਿਹਾ। ਤੂੰ ਕਿੱਡਾ ਗੈਰਤਮੰਦ, ਗੈਰਤਮੰਦ ਬੰਦਾ ਨਹੀਂ ਬਰਦਾਸ਼ਤ ਕਰਦਾ। ਉਹ ਕਹਿੰਦਾ ਘਰ ਹੋ, ਤੂੰ ਮੇਰਾ, ਮੇਰੀ ਇੱਜ਼ਤ ਹੈ, ਮੇਰੀ ਇੱਜ਼ਤ ਲੋਕ ਕਿਉਂ ਵੇਖਣ। ਇਸ ਵਾਸਤੇ ਇਹ ਔਰਤਾਂ ਦਾ 12 ਰਬੀਉਲ ਅਵਲ ਵਾਲੇ ਦਿਨ ਬਾਹਰ ਨਿਕਲਣਾ ਮਨਾ। ਸਜਾਵਟ ਵੇਖਣਾ ਕੀ ਹੈ ਬੋਲੋ, ਜਿਹੜਾ ਸੁਣ ਕੇ ਵੀ ਕਰੇਗਾ ਫਿਰ ਮੁਜਰਮ ਹੈ ਜੀ। ਸਾਡਾ ਤਾਂ ਕੰਮ ਹੈ ਪੇਗਾਮ ਪਹੁੰਚਾਉਣਾ, ਅੱਗੋਂ ਕੋ ਅਮਲ ਕਰੇ ਨਾ ਕਰੇ ਉਹਦੀ ਮਰਜ਼ੀ। ਅਗਲਾ ਮਸਲਾ